ਸੌਰੀ ਕਿਸ਼ਨ ਤੇਰੇ ਬੇਟੇ ਦੇ ਵਿਆਹ 'ਚ ਸ਼ਰੀਕ ਨਾ ਹੋਇਆ। ਦਰਅਸਲ ਇੱਕ ਜ਼ਰੂਰੀ ਕੰਮ ਕਾਰਨ ਮੈਨੂੰ ਬਾਹਰ ਜਾਣਾ ਪਿਆ। ਵਿਰੇਸ਼ ਨੇ ਉਹਦਾ ਮੋਢਾ ਥੱਪਤ ਪਾਉਂਦੇ ਕਿਆ। ਤੇਰੀ ਮਜਬੂਰੀ ਸਮਝਦਾ ਮੈਂ, ਮੈਨੂੰ ਸਭ ਪਤਾ ਹੈ। ਕਿਸ਼ਨ ਨੇ ਸਭ ਕੁਝ ਸਮਝਦੇ ਹੋਏ ਕਿਆ। ਵਾਹ ਯਾਰ, ਤੂੰ ਤਾਂ ਮੇਰੀਆਂ ਮਜਬੂਰੀਆਂ ਨੂੰ ਤੁਰੰਤ ਸਮਝ ਗਿਆ। ਇਸੇ ਗੱਲ ਦਾ ਤਾਂ ਫਖਰ ਹੈ ਕਿ ਸਾਡਾ ਦੋਸਤ ਕਿੰਨਾ ਸਮਝਦਾਰ ਹੈ। ਪਰ ਤੈਨੂੰ ਕਿਵੇਂ ਪਤਾ ਕਿ ਅਸੀਂ ਸ਼ਹਿਰ ਤੋਂ ਬਾਹਰ ਗਏ ਹੋਏ ਸੀ? ਵਿਰੇਸ਼ ਨੇ ਥੋੜੀ ਹੈਰਾਨੀ ਨਾਲ ਕਿਆ। ਮੁਕੇਸ਼ ਨੇ ਦੱਸਿਆ ਸੀ ਉਹ ਸਾਡੇ ਕੋਲ ਆ ਕੇ ਫਿਰ ਮਿਸਟਰ ਮਹਿਤਾ ਦੇ ਲੜਕੇ ਦੇ ਵਿਆਹ ਤੇ ਗਿਆ ਸੀ ਉਹਨੇ ਹੀ ਦੱਸਿਆ ਸੀ ਕਿ ਤੂੰ ਉਸ ਦਿਨ ਉੱਥੇ ਹੀ ਸੀ ਤੇ ਤੂੰ ਉਹਨੂੰ ਕਿਹਾ ਵੀ ਵੀ ਹੁਣ ਇੱਕੋ ਸਮੇਂ ਦੋ ਸੱਦੇ ਆ ਗਏ ਕਿ ਮਹਿਤਾ ਸਾਹਿਬ ਦਾ ਤੇ ਦੂਜਾ ਕਿਸ਼ਨ ਕੰਬੋਜ ਦਾ ਹੁਣ ਦੋ ਜਗ੍ਹਾ ਕੌਣ ਜਾਵੇ ਇੱਥੇ ਆਉਣਾ ਜ਼ਰੂਰੀ ਲੱਗਿਆ ਇੱਕ ਤਾਂ ਬਰਾਦਰੀ ਦਾ ਸਵਾਲ ਤੇ ਦੂਜਾ ਕਿਸ਼ਨ ਦੇ ਤਾਂ ਚਲਾਉ ਕੰਮ ਹੀ ਹੋਏਗਾ ਚੱਲ ਛੱਡਣਾ ਯਾਰ ਮੈਂ ਤੇਰੀ ਮਜਬੂਰੀ ਭਲੀ ਭਾਤ ਸਮਝਦਾ ਆਖਰ ਬਰਾਦਰੀ ਤੇ ਸਟੈਂਡਰਡ ਦੋਸਤੀ ਵਿਚਾਲੇ ਆ ਹੀ ਜਾਂਦੇ ਨੇ ਕਿਸ਼ਨ ਨੇ ਵਿਅੰਗ ਕਸਦੇ ਹੋਏ ਕਿਹਾ ਹੁਣ ਵਿਰੇਸ਼ ਮੂੰਹ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ